ਤੁਹਾਡੇ ਬੇਬੇ ਕਿੱਥੋਂ ਆਏ ਹੋ ਮਾਤਾ ਜੀ, ਕਿਹੜੀ ਜਗ੍ਹਾ ਤੋਂ? ਜੈ ਸਿੰਘ ਜੈ ਸਿੰਘ ਵਾਲਾ ਕਿੱਥੇ ਦੇ ਰਹਿ ਗਏ ਬੇਬੇ? ਨਰੂਆਣਾ ਕੁਲਵੀਰ ਨਰੂਆਣਾ ਇੱਥੇ ਆ ਦੇ ਬੇਬੇ। ਹਾਂਜੀ ਹਾਂਜੀ ਨਹੀਂ, ਜੇ ਕੋਈ ਵੱਡਾ ਬਜ਼ੁਰਗ ਨਾਲ ਆਇਆ ਉਹ ਦੱਸੋ ਵੀ ਆਪਦੇ ਘਰ ਦਾ ਮੈਂਬਰ ਆਇਆ ਹੋਵੇ, ਸੂਝਵਾਨ ਮੈਂਬਰ। ਬਜ਼ੁਰਗ ਆਏ ਆ, ਬਜ਼ੁਰਗਾਂ ਨੂੰ ਵੀ ਦਿਓ ਭਾਈ ਕੁਰਸੀ। ਬਹੁਤ ਵੱਡੀ ਬਾਬਾ ਬਣਾ ਕੇ ਪੁੱਛ ਨਹੀਂ ਲੈਣੀ, ਆਪਦਾ ਪੁੱਤ ਬਣਾ ਕੇ ਪੁੱਛ ਲਈ। ਚਲੋ ਜੇ ਜਿੰਨੀ ਮੇਰੇ ਬਾਬੇ ਨੇ ਦੱਸੀ ਮੈਂ ਓਨਾ ਹੀ ਦੱਸੂਗਾ। ਜਿਹੜੀ ਗੱਲ ਹੋਵੇ ਉਹ ਹਾਂ ਕਰ ਦੋ, ਜੇ ਜਿਹੜੀ ਨਹੀਂ ਤਾਂ ਉਹ ਨਾ ਕਰ ਦੋ। ਜੇ ਕੋਈ ਆਪਣਾ ਕੋਈ ਆਪਣਾ ਕੋਈ ਤਸ਼ੱਦਦ ਨਹੀਂ, ਕੋਈ ਜ਼ੋਰ ਨਹੀਂ, ਕੋਈ ਜ਼ਬਰਦਸਤੀ, ਝੂਠੀ ਹਾਂ ਨਹੀਂ ਭਰਨੀ। ਠੀਕ ਹੈ ਮਾਤਾ, ਜਿੰਨੀ ਗੱਲ ਪਤਾ ਓਨੀ ਦੱਸਣੀ ਹੈ, ਇਹ ਤੋਂ ਵੱਧ ਕੁਛ ਨਹੀਂ ਕਹਿਣਾ। ਜਿੰਨੀ ਕੁ ਬਾਬੇ ਨੇ ਦੱਸੀ ਆਪਾਂ ਓਨੀ ਗੱਲ ਤੇ ਗੱਲ ਕਰਾਂਗੇ। ਠੀਕ ਹੈ ਜੀ, ਹੁਣ ਮੈਂ ਅਗਲੀ ਕਾਰਵਾਈ ਕਰਾਂ। ਚੱਲੂ ਜੀ, ਚੱਲੀ ਬਾਬਾ ਆਇਓ। ਸਭ ਤੋਂ ਪਹਿਲੀ ਗੱਲ ਮੈਨੂੰ ਦੱਸਿਓ, ਤੁਹਾਡੇ ਘਰ ਦੀ ਤੁਹਾਡੇ ਪਰਿਵਾਰ ਦੀ, ਪੀਰ ਲੱਖ ਦਾਤੇ ਨੂੰ ਮੰਨਦੇ? ਪੀਰ ਲੱਖ ਦਾਤੇ, ਇੱਕ ਤੇ ਦੋ ਦੋ ਭਾਈ ਕੌਣ ਹੈ ਜੀ ਪਰਿਵਾਰ ਦੇ? ਦੋ ਭਰਾ, ਕੋਈ ਤੁਹਾਡੇ ਪਿਤਾ ਹੋਰੀ, ਤੁਹਾਡੇ ਦਾਦੇ ਹੋਰੀ, ਤੁਹਾਡੇ ਬੱਚਿਆਂ ਚ ਜਾਂ ਤੁਹਾਡੇ ਭਰਾਵਾਂ ਦੇ ਬੱਚਿਆਂ ਚ? ਪਿਤਾ ਹੋਰੀ ਦੋ ਭਰਾ ਸੀਗੇ ਬਜ਼ੁਰਗ ਤੁਹਾਡੇ ਪਿਤਾ ਜੀ ਹੋਰੀ? ਠੀਕ ਹੈ, ਇਹ ਗੱਲ ਪੱਕੀ ਹੈ, ਨਿਸ਼ਾਨੀ ਪੱਕੀ ਹੈ ਜੀ। ਇੱਕ ਗੱਲ ਬਾਬਾ ਇੱਥੇ ਜੇ ਹੋਰ ਦੱਸੀ ਮੈਨੂੰ ਕਿ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਵੱਡੇ ਵਡੇਰੇ ਨੂੰ ਮੰਨਦੇ ਹੋ? ਮੰਨਦੇ ਹੋ ਇਹ ਜਿਹੜਾ ਵੱਡਾ ਵਡੇਰਾ ਤੁਹਾਡਾ? ਹਾਂ, ਇਹ ਕੋਈ ਤੀਜੀ ਪੀੜ੍ਹੀ ਚ ਜਾਵੜਦਾ? ਤੀਜੀ ਛੋਟੇ ਤੋਂ ਲੈ ਕੇ ਤੀਜੀ ਪੀੜ੍ਹੀ ਚ ਜਾਂਦਾ ਜੀ? ਇਹ ਜੇ ਤਾਂ ਬਾਪੂ ਇੱਕ ਗੱਲ ਦੱਸੀ, ਤਿੰਨ ਭਾਈਆਂ ਦਾ ਪਰਿਵਾਰ ਕਿਹਦਾ ਬਣ ਜਾਂਦਾ? ਤਿੰਨ ਭਾਈ ਜਿਵੇਂ ਕਿਸੇ ਦੇ ਬੇਟੇ ਹੋ ਜਾਣੇ ਛੋਟੇ ਭਾਈਆਂ ਚ, ਜਾਂ ਤੇਰੇ ਚਾਚੇ ਦਾ ਤਿੰਨ ਬੇਟੇ ਗੁੜੀਆਂ ਹੋਣ, ਆਪਾਂ ਨੂੰ ਕੋਈ ਨੀ, ਉਹਨਾਂ ਨੇ ਅੱਗੇ ਘਰੇ ਜਾਣਾ, ਕੁੱਲ ਤੋਰਨ ਵਾਲੇ ਤਿੰਨ ਬੇਟੇ ਹੋਣ, ਤਾਏ ਦੇ ਤਿੰਨ ਜਿਹੜੇ ਕਿ ਤੁਹਾਡੇ ਭਾਈ ਲੱਗਦੇ? ਠੀਕ ਹੈ ਜੀ, ਇੱਕ ਤੇ ਦੋ ਤੇ ਤਿੰਨ, ਇੱਕ ਗੱਲ ਦੱਸਿਓ, ਇਹ ਜਿਹੜਾ ਵਡੇਰਾ ਬਜ਼ੁਰਗ ਹੈ ਇਹਦੀ ਜਗ੍ਹਾ ਬਣੀ ਹੈ? ਮੱਟੀ ਬਣੀ ਇਹਦੀ? ਮੱਟੀ ਹੈ ਜਿਹੜੀ, ਇਹ ਕੋਈ ਬਦਲੀ ਹੈ ਤੁਸੀਂ?
ਬਦਲੀਏ ਜੀ। ਇੱਕ ਗੱਲ ਹੋਰ ਦੱਸਿਓ ਜੇ ਬਾਬਾ, ਇਹ ਕਿਸੇ ਦੇ ਕਹਿਣ ਤੇ ਬਦਲੀ ਸੀ, ਕਿਸੇ ਤੋਂ ਬਦਲਵਾਈ ਸੀ? ਠੀਕ ਹੈ ਜੀ। ਇੱਕ ਗੱਲ ਦੱਸੀ ਬਾਬਾ, ਜਿਹੜੀ ਇਹ ਮੱਟੀ ਸੀ ਉਹ ਇੱਕ ਘਰ ਦੀ ਲੱਗੀ ਹੈ ਕਿ ਅਲੱਗ ਅਲੱਗ ਲੱਗੀ? ਹੁਣ ਅਲੱਗ ਅਲੱਗ ਲੱਗੇ ਸਾਰੇ ਘਰ, ਹਨਾ, ਤੇ ਪਹਿਲਾਂ ਇੱਕ ਹੀ ਮੱਟੀ ਜਿੱਥੇ ਮੁੱਢ ਜਾਂਦਾ ਸੀ, ਜਿੱਥੇ ਕੁੱਲ ਜਾਂਦਾ, ਹਨਾ ਜੀ। ਪਰ ਜਿਹੜੀ ਇਹ ਜਗ੍ਹਾ ਉਹ ਚੱਕ ਕੇ ਕੋਠੇ ਦੇ ਕਿਹੜੇ ਬਣਾਈ? ਕੋਠੇ ਤੇ ਤੁਸੀਂ ਬਣਾਈ ਸੀ। ਆਪਾਂ ਇਹ ਕੋਠੇ ਤੇ ਬਣਵਾਣੀ ਕਿ ਕਿਸੇ ਨੇ ਲਵਾਈ ਸੀ, ਕਹਿ ਕੇ ਵੀ ਇਹਨੂੰ ਕੋਠੇ ਤੇ ਚੜਾ ਦੇ, ਹਨਾ ਹਨਾ ਵੀ ਊਂ ਤਾਂ ਤੁਸੀਂ ਆਪਦੇ ਮਨੋਂ ਤਾਂ ਨਹੀਂ ਕਿਹਾ ਸੀ ਵੀ ਅਸੀਂ ਇਹਨੂੰ ਕੋਠੇ ਤੇ ਬਣਾਉਣੀ? ਬੇਬੇ ਮੈਨੂੰ ਨਾਮ ਦੇਖ ਮਾਤਾ, ਗੱਲ ਤੁਸੀਂ ਮੇਰੇ ਤੋਂ ਬਹੁਤ ਵੱਡੇ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆਪਦਾ ਪੁੱਤ ਬਣਾ ਕੇ ਪੁੱਛ ਲਓ ਬਾਬਾ ਨਾ ਕਹੋ ਜੀ। ਜਿਹੜੀ ਗੱਲ ਤੁਹਾਨੂੰ ਚੰਗੀ ਨਾ ਲੱਗੇ ਤੁਸੀਂ ਕਹਦੇ ਬੇਟਾ ਗੱਲ ਚੰਗੀ ਨਹੀਂ, ਅਗਲੀ ਗੱਲ ਸੁਣਾ ਦੇ ਸਾਨੂੰ ਜੇ ਕੁਝ ਹੈ। ਇਹ ਜਿਹੜੀ ਜਗ੍ਹਾ ਕਿਸੇ ਬਾਬਾ ਨੇ ਕਿਸੇ ਸੇਵਾਦਾਰ ਨੇ ਕਿਹਾ ਤਾਂ ਤੁਸੀਂ ਬਣਾ ਦਿੱਤੀ, ਇਹਨੂੰ ਕਿੰਨਾ ਚਿਰ ਹੋ ਗਿਆ ਜਿਹੜੀ ਜਗ੍ਹਾ ਬਦਲੀ? 2 ਸਾਲ ਹੋ ਗਏ। ਤੇ ਇਹਨਾਂ 2 ਸਾਲਾਂ ਦੇ ਵਿੱਚ ਜਿਹੜੀ ਤੁਹਾਡੇ ਨਾਲ ਨੋਕ ਝੋਕ ਪਰਿਵਾਰ 'ਚ ਚੱਲੀ ਜਾਂਦੀ ਹੈ ਉਹ ਤੁਸੀਂ ਜਾਣਦੇ, ਤੇ ਜਦੋਂ ਬਜ਼ੁਰਗ ਥੱਲੇ ਸੀ, ਜਦੋਂ ਇਹਦੀ ਮੱਟੀ ਥੱਲੇ ਸੀ ਤੇ ਇਹਦੇ ਤੇ ਰੰਗ ਕੀਤਾ ਸੀ, ਥੋੜਾ ਜਿਹਾ ਸਰਦਈ ਰੰਗ ਕੀਤਾ ਸੀ, ਥੱਲੇ ਸੀਗਾ ਨਾ ਬਾਬਾ, ਸਰਦਈ ਰੰਗ ਕੀਤਾ ਸੀ ਇਸ ਮੱਟੀ ਤੇ, ਇਹ ਨਿਸ਼ਾਨੀ ਹੈ ਬਾਬਾ। ਠੀਕ ਹੈ ਜੀ। ਤੇ ਬਾਬਾ ਬੜਾ ਹੀ ਅੜਬ ਸੀਗਾ, ਤੁਹਾਡੇ ਦੇਖਣ ਦੇ ਮੁਤਾਬਕ, ਤੁਹਾਡੇ ਦੱਸਣ ਦੇ ਮੁਤਾਬਕ, ਮੈਨੂੰ ਨਹੀਂ ਪਤਾ ਤੁਹਾਡੇ ਪਰਿਵਾਰ ਚ ਗੱਲ ਹੋਈ ਹੋਣੀ, ਬਾਬਾ ਬੜਾ ਅੜਬ ਸੀ। ਠੀਕ ਹੈ ਜੀ। ਇਹੀ ਬਜ਼ੁਰਗ, ਇਹੀ ਗੱਲਬਾਤ, ਇਹੀ ਸਾਰੀ ਕਹਾਣੀ ਦਾ ਸਿਰਾ ਤੇਰੇ ਪਰਿਵਾਰ ਦੇ ਵਿੱਚ, ਤੇਰੇ ਘਰ ਦੇ ਵਿੱਚ ਇਹਦੀ ਜਿਹੜੀ ਦਿੱਕਤ ਪਰੇਸ਼ਾਨੀ, ਜਿਵੇਂ ਆਪਾਂ ਕਹਿੰਦੇ ਕਿਸੇ ਦੇ ਸਰੀਰ ਤੇ ਵਾਸ ਆ ਜਾਣਾ, ਉਹ ਕਿਹਦੇ ਤੇ ਆਉਂਦਾ ਸੀ? ਵਾਸ ਪਾਉਣੀ ਜੀ, ਵਾਸ ਆ ਜਾਣਾ, ਇਹਦਾ ਸਰੂਰ ਚੜ ਜਾਣਾ, ਇਹਦਾ ਰੰਗ ਚੜ ਜਾਣਾ। ਹਾਂਜੀ, ਤੁਹਾਡੇ ਭਾਈ, ਤੁਹਾਡਾ ਭਾਈ ਪਿੰਡ ਹੀ, ਤੇ ਜਦੋਂ ਇਹ ਬਜ਼ੁਰਗ ਜਦੋਂ ਉਹਦੇ ਤੇ ਚੜ ਜਾਂਦਾ ਸੀ ਜਾਂ ਉਹਦੀ ਆਵਾਜ਼ ਦਾ ਫਰਕ ਪੈ ਜਾਂਦਾ, ਬੋਲੀ ਸਾਰੀ ਬਦਲ ਜਾਂਦਾ ਸੀ, ਹਨਾ। ਤੇ ਇੱਕ ਗੱਲ ਹੈ ਜਾਇਜ਼ ਬਾਬਾ, ਜੇ ਹੋਵੇ ਤਾਂ ਹਾਂ ਕਰੀ, ਨਹੀਂ ਨਾ ਕਰਦੀ। ਜਦੋਂ ਉਹਦਾ ਸਰੂਰ ਬਣਦਾ ਸੀ ਜਾਂ ਉਹਦੇ ਨਾਲ ਗੱਲਬਾਤ ਕਰ ਜਾਂਦਾ ਸੀ, ਉਹ ਪੱਲਾ ਕਰਾ ਦਿੰਦਾ ਸੀ, ਕੁੜੀਆਂ ਕਰਾਉਂਦਾ ਸੀ ਬਾਬਾ, ਨਿਸ਼ਾਨੀ ਪੱਕੀ, ਤਾੜੀ ਮਾਰੀ ਤੇਰੇ ਬਜ਼ੁਰਗ ਨੂੰ। ਵਿੱਚ ਚਮਕਾ ਕੰਨਾਂ ਦੇ ਵਿੱਚ ਮੁੰਦਰਾ ਦਰਦਰ ਅਲਗ ਜਗਾ ਗਿਆ।
ਬਾਬਾ ਹੁਣ ਇੱਕ ਗੱਲ ਦੱਸੀ, ਤੇਰੇ ਘਰ ਦੇ ਵਿੱਚ ਤੇਰੇ ਪਰਿਵਾਰ ਦੇ ਵਿੱਚ ਦਾਰੂ ਚੱਲਦੀ ਪੀਂਦੇ ਤੇ ਕਿਸੇ ਨੇ ਦਾਰੂ ਚੜਾਈ ਵੀ ਹੈ, ਚੜਾਉਂਦੇ ਵੀ ਹੈ, ਇਸੇ ਬਜ਼ੁਰਗ ਦੀ ਚੜਾਉਂਦੇ ਇਹ ਕਿਹਦੇ ਚੜਾਉਂਦੇ ਆ ਦਾਰੂ? ਹਾਂ ਪਰ ਦਿੰਦੇ ਜ਼ਰੂਰ ਹੈ, ਅਧੀਆ ਦਾਰੂ ਦਾ ਕੌਣ ਦਿੰਦਾ? ਅਧੀਆ ਦਾਰੂ ਆਪ ਤੁਸੀਂ ਪੀਂਦੇ ਨਹੀਂ ਖਾਂਦੇ ਨਹੀਂ, ਪਰ ਬੱਚੇ ਜ਼ਰੂਰ ਦਿੰਦੇ ਹੁੰਦੇ ਆ, ਤੁਹਾਨੂੰ ਨਹੀਂ ਪਤਾ ਕਿਹਦੀ ਦਿੰਦੇ ਆ, ਤੁਹਾਡੇ ਸਾਹਮਣੇ ਨੇ ਤੁਸੀਂ ਨਹੀਂ ਦਿੱਤੀ, ਚੱਲਣੀ ਤਾਂ ਗੱਲ ਤੁਹਾਡੇ ਤੋਂ ਸੀ ਪਰ ਤੁਸੀਂ ਕਿਸੇ ਦੀ ਦਾਰੂ ਨਹੀਂ ਦਿੱਤੀ। ਪਰ ਇਹ ਬੱਚੇ ਇਸ ਲਾਈਨ ਤੇ ਚੜ ਗਏ ਆ, ਉਹ ਦਾਰੂ ਦੇਣ ਲੱਗ ਗਏ, ਆਪਾਂ ਨੂੰ ਨਹੀਂ ਪਤਾ ਕਿਹਦੀ ਹੈ ਕਿਹਦੀ ਨਹੀਂ ਹੈ ਕਿਵੇਂ ਹਨਾ। ਕੀ ਮਾਤਾ ਕਾਲਕਾ ਨੂੰ ਮੰਨਦੇ ਹੋ ਹਨਾ? ਸ਼ੁਰੂ ਤੋਂ ਮੰਨਿਆ ਮਾਤਾ ਕਾਲਕਾ ਨੂੰ, ਸ਼ੁਰੂ ਤੋਂ ਹੀ ਮੰਨਿਆ ਮਾਤਾ ਕਾਲਕਾ ਨੂੰ, ਤੁਸੀਂ ਨਹੀਂ ਮੰਨਿਆ, ਗੱਲ ਜਾਇਜ਼ ਹੈ ਨਾ। ਹੁਣ ਚਲੋ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਕੋਈ ਲੱਗਿਆ ਹੋਣਾ, ਉਹਨਾਂ ਨੇ ਕਿਤੇ ਪੁੱਛਿਆ ਹੋਣਾ ਤਾਂ ਉਹਨਾਂ ਨੂੰ ਦੱਸਿਆ ਕਿਹਾ ਵੀ ਮੰਨੋ ਭਾਈ ਤੇ ਭਲਾ ਹੋ ਜਾਊਗਾ। ਬਾਬਾ ਇੱਕ ਗੱਲ ਦੱਸੀ, ਇੱਕ ਨਾਮ ਦੱਸੀ, ਸਾਧੂ ਸਿੰਘ ਕੌਣ ਹੈ? ਸਾਧੂ ਸਿੰਘ ਕਿਹਦਾ? ਤੇਰਾ ਦਾਦਾ ਸਾਧੂ ਸਿੰਘ ਹੈ, ਇਹਦੀ ਪੀੜ੍ਹੀ ਚੋਂ ਤੁਰਦਾ ਹੈ ਸਿੱਖ, ਇਹੀ ਹੈ ਤਾੜੀ ਮਾਰੀ ਮਾਰੀ ਕਈ ਬਾਈ ਜਿਹੜਾ ਬਾਬਾ ਸਾਧੂ ਸਿੰਘ ਸੀ ਜੀ, ਜਿਹੜੇ ਸਿੱਖ ਨੂੰ ਤੁਸੀਂ ਮੰਨਦੇ ਤੇ ਭਾਈਆਂ ਦੀ ਜਗ੍ਹਾ ਲੱਗਦਾ ਸੀ, ਜਿਹੜਾ ਸਿੱਖ ਆ ਤੁਹਾਡਾ ਵਡੇਰਾ, ਇਹ ਤੇਰੇ ਦਾਦਿਆਂ ਦੀ ਜਗ੍ਹਾ ਲੱਗਦਾ ਤੇ ਦਾਦਾ ਤੇਰਾ ਸਾਧੂ ਸਿੰਘ ਸੀ, ਇਹਦੀ ਮਾਨਤਾ ਕਰਦੇ ਹੋ ਸਾਧੂ ਸਿੰਘ ਦੀ ਹਨਾ? ਗੱਲ ਜਾਇਜ਼ ਹੈ? ਇਹ ਜਿਹੜਾ ਸਾਧੂ ਸਿੰਘ ਬਾਬਾ ਇਹ ਕੋਈ ਸੇਵਾ ਪਾਣੀ ਕਰਦਾ ਸੀ? ਨਹੀਂ ਧਿਆਨ ਇਹਨਾਂ ਨਹੀਂ ਪਤਾ, ਦਾੜੀ ਰੱਖਦਾ ਸੀ, ਦਾੜੀ ਮਾੜੀ ਮਾੜੀ ਸੀ, ਸਰੀਰ ਦਾ ਠੀਕ ਠਾਕ, ਹਾਂ ਸਰੀਰ ਦਾ ਠੀਕ ਠਾਕ ਸੀਗਾ, ਐਵੇਂ ਹੀ ਹੈ ਨਾ। ਇਹ ਕਿੰਨੇ ਭਾਈ ਸੀ ਤੇਰੇ ਦਾਦੇ ਦੀ ਜਿਹੜਾ ਬਾਬਾ ਸਾਧੂ ਸਿੰਘ ਦਾ ਨਾਮ ਨਿਕਲਿਆ ਬਜ਼ੁਰਗ ਦਾ? 1.25 ਲੱਖ ਹਨਾ ਜੀ, 1, 2, 3 ਹਾਂ
ਤੇਰੇ ਪਰਿਵਾਰ ਦੇ ਵਿੱਚ ਬਾਬਾ ਤੇਰੇ ਘਰ ਦੇ ਵਿੱਚ ਹੁਣ ਇਹ ਬਜ਼ੁਰਗ ਤਾਂ ਮੇਨ ਆ ਜਿਹੜਾ ਆ ਗਿਆ। ਠੀਕ ਹੈ ਜੀ, ਇਹ ਤੋਂ ਅੱਗੇ ਜਿਹੜਾ ਚੱਲਿਆ ਤੁਹਾਡੇ ਪਰਿਵਾਰ ਚ ਮੇਨ ਮੁੱਢ ਪੀਰ ਹਨਾ ਜੀ। ਇੱਕ ਗੱਲ ਦੱਸੀ ਬਾਬਾ, ਤੁਸੀਂ ਜਗ੍ਹਾ ਬਦਲੀ ਆਪਣੀ, ਜਗ੍ਹਾ ਘਰ ਬਦਲਿਆ, ਘਰ ਬਦਲਿਆ, ਪਹਿਲਾਂ ਕਿਤੇ ਹੋਰ ਸੀ ਤੇ ਹੁਣ ਕਿਤੇ ਹੋਰ ਆ ਗਿਆ, ਹੁਣ ਬਾਹਰ ਆ ਗਿਆ ਹਨਾ। ਐਵੇਂ ਹੈ ਗੱਲ, ਇੱਕ ਨਿਸ਼ਾਨੀ ਦੱਸੀ ਬਾਬਾ ਛੋਟੀ ਜੀ, ਆ ਛੋਟੀ ਜੀ ਭੀੜੀ ਜੀ ਗਲੀ ਕਿੱਥੇ ਸੀ, ਅੰਦਰਲੇ ਘਰੇ ਸੀ ਕੀ ਬਾਬਾ? ਇਹ ਤੇਰੇ ਘਰ ਨੂੰ ਮੇਣ ਜਾਂਦੀ ਸੀ ਭੀੜੀ ਗਲੀ, ਤੇਰੇ ਘਰ ਨੂੰ ਮੇਣ ਜਾਂਦੀ ਸੀ ਕਿ ਤੇਰੇ ਘਰ ਘਰ ਦੀ ਗੁਜ਼ਰਦੀ ਸੀ, ਤੇਰੇ ਤਾਏ ਦੇ ਘਰ ਨੂੰ ਜਾਂਦੀ ਸੀ, ਇਹ ਮੇਣ ਗਲੀ ਹਨਾ। ਦਰਸ਼ਨ ਸਿੰਘ ਨਾਮ ਕੀ ਦਾ ਬਾਬਾ? ਦਰਸ਼ਨ ਸਿੰਘ। ਹਾਂਜੀ ਹਾਂਜੀ, ਤੁਹਾਡੇ ਚੋਂ ਨਹੀਂ ਬਾਹਰ ਹੀ ਹੈ, ਪਰਿਵਾਰ ਹੈ ਬੰਦਾ ਕਿ ਨਹੀਂ? ਬਸ ਇੰਨੀ ਗੱਲ ਦੱਸੀ ਮੈਨੂੰ, ਇਹ ਤੋਂ ਗੱਲ ਗੱਲ ਹੋ ਗਈ ਨਾ। ਇਹਨਾਂ ਦੇ ਪਰਿਵਾਰ ਦੇ ਵਿੱਚ ਨੌਜਵਾਨ ਮੌਤਾਂ ਬਹੁਤ ਹੋਈਆਂ, ਦਰਸ਼ਨ ਸਿੰਘ ਦੇ ਪਰਿਵਾਰ ਹੋਈਆਂ ਬਾਬਾ। ਨਿਸ਼ਾਨੀ ਪੱਕੀ ਹੈ, ਤਾੜੀ ਮਾਰੀ ਬਾਬੇ ਦਾ ਕਈ ਸਾਦਾ ਗਲੀ ਇੱਕ ਨਿਸ਼ਾਨੀ ਹੋਰ ਦਿਓ ਜੇ, ਇਹ ਛੱਤ ਕਿੱਥੇ ਡਿੱਗੀ ਸੀ? ਛੱਤ ਡਿੱਗਣੀ ਨਹੀਂ, ਡਿੱਗਣੀ ਡਿੱਗ ਗਈ ਸੀ, ਇਹ ਦੱਸੋ ਜੇ ਮੈਨੂੰ ਕਿੱਥੇ ਡਿੱਗੀ ਛੱਤ? ਕਮਰੇ ਦੀ ਛੱਤ ਡਿੱਗ ਪਈ। ਆ ਡੂੰਘਾ ਜਿਹਾ ਘਰ ਕੀ ਦਾ ਸੀ? ਡੂੰਘਾ ਜਿਹਾ ਮਕਾਨ, ਆ ਮਿਸਤਰੀ ਪੁਣੇ ਵਾਲਾ, ਇਹੀ ਕੰਮ ਕਰਦੇ ਸੀ ਮਿਸਤਰੀ ਪੁਣੇ ਵਾਲਾ ਕੰਮ ਸੀ ਤੁਹਾਡਾ, ਇਹ ਕੰਮ ਕਰ ਕਰਦੇ ਹਨਾ ਹਨਾ। ਦੇਖੋ ਥੋੜੀ ਵੀ ਗੱਲ ਜਾਇਜ਼ ਹੈ, ਪਰ ਸੁਣੋ ਬਾਬਾ, ਜਿੰਨੀਆਂ ਗੱਲਾਂ ਦੱਸੀਆਂ ਮੈਂ ਤੁਹਾਨੂੰ ਕੋਈ ਜਾਣਦਾ ਤਾਂ ਨਾ, ਤੁਸੀਂ ਮੈਨੂੰ ਦੇਖਿਆ ਕਰਿਆ, ਪਹਿਲੀ ਵਾਰੀ ਆਪਾਂ ਰੂਬਰੂ ਹੋਏ ਹਾਂ, ਜਿੰਨੀਆਂ ਦੱਸਣੀਆਂ ਬਾਬੇ ਨੇ ਆਪਾਂ ਕੌਣ ਦੱਸਣਾ? ਜੇ ਮੈਂ ਕਹਿੰਦਾ ਵੀ ਮੈਂ ਤੁਹਾਨੂੰ ਗੱਲ ਦੱਸ ਦੂੰਗਾ ਸਿੱਧੇ ਤੌਰ, ਮੈਂ ਕੋਈ ਨਹੀਂ ਦੱਸਦਾ, ਦੱਸਣੀ ਮੇਰੇ ਮਾਲਕ ਨੇ, ਮੈਂ ਨਹੀਂ ਦੱਸਣੀ। ਜਿੰਨੀ ਕੁ ਮੈਨੂੰ ਦੱਸ, ਜਿੰਨੀ ਕੁ ਮੇਰੇ ਕੋਲੇ ਖਾਨੇ ਪਾਉਣੀ ਵੀ ਭਾਈ ਸਾਹਿਬ ਆ ਦੱਸ ਦੇ, ਤੇ ਮੈਂ ਓਨੀ ਦੱਸਣੀ, ਹੁਣ ਮੈਂ ਦੂਜੀ ਕਿਵੇਂ ਦੱਸ ਸਕਦਾ ਹਨਾ। ਮਾਤਾ ਮਲਕੀਤ ਕੌਰ ਨਾਂ ਕਿਹਦਾ ਸੀ? ਮਲਕੀਤ ਕੌਰ, ਜੇ ਪਤਾ ਹੋਵੇ ਹਾਂ ਕਰੀ ਬਾਬਾ ਨੀ ਨਾ ਕਰ, ਕੋਈ ਆਪਾਂ ਇਹੋ ਜਿਹਾ ਚੱਕਰ ਹੈ ਹਨਾ। ਹੁਣ ਤੁਹਾਨੂੰ ਮਲਕੀਤ ਕੌਰ ਦਾ ਨਹੀਂ ਪਤਾ,
ਤੇ ਨਾ ਹੀ ਤੁਹਾਡੇ ਜ਼ਹਿਨ ਚ, ਨਾ ਹੀ ਤੁਹਾਡੇ ਦਿਮਾਗ ਚ, ਨਾ ਹੀ ਤੁਹਾਡੇ ਮਿਲ ਵਰਤਨ ਚ। ਠੀਕ ਹੈ ਜੀ, ਤੇਰੇ ਪਰਿਵਾਰ ਦੇ ਵਿੱਚ, ਤੇਰੇ ਘਰ ਦੇ ਵਿੱਚ ਤਿੰਨ ਤੇਰੇ ਬਾਬਾ ਪੁੱਤ ਹੈ ਤੇ ਚੌਥਾ ਤੂੰ ਹੈ, ਚਾਰੇ ਹਰੀ ਕੈਮ, ਕੋਈ ਦਿੱਕਤ ਨਹੀਂ ਹੈਨਾ। ਪਰ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨਾਮ ਆਇਆ ਸੀ ਵੀਰ ਦਾ, ਕਾਲਾ ਸਿੰਘ, ਉਹ ਤੁਹਾਡਾ ਬੇਟਾ। ਇਹ ਜਿਹੜਾ ਵੀਰ ਹੈ, ਇਹ ਮਾਤਾ ਦੇ ਪਟਿਆਲੇ ਰਹਿੰਦਾ, ਮਾਤਾ ਕਾਲਕਾ। ਦੇਖੋ ਜੀ, ਨਗਰ ਹੈ, ਸ਼ਹਿਰ ਹੈ, ਖੇੜਾ ਪਿੰਡ ਹੈ, ਕਦੇ ਨਾ ਕਦੇ ਬੰਦੇ ਨੂੰ ਜਾਣਾ ਹੀ ਪੈਂਦਾ। ਹੁਣ ਮੈਨੂੰ ਕੋਈ ਬਾਬਾ ਕਹੇ ਵੀ ਤੂੰ ਫਲਾਨੇ ਥਾਂ ਜਾਂਦਾ, ਮੈਂ ਤਾਂ ਕੋਈ 2 ਸਾਲਾਂ ਦੇ ਵਿੱਚ ਇਹੋ ਜਿਹੀ ਰਾਤ ਨਹੀਂ ਵੀ ਜਿੱਦੇ ਕਿਤੇ ਗਿਆ ਨਾ ਹੋਵਾਂ ਤੇ ਇਹੋ ਜਿਹਾ ਕੋਈ ਪਿੰਡ ਨਹੀਂ ਜਿਹੜਾ ਘੁੰਮਣਾ ਹੋਵਾਂ। ਇੱਕ ਸਿਰਫ ਤੁਹਾਡੇ ਪਿੰਡ ਨੂੰ ਛੱਡ ਕੇ ਜੈਸੇ ਗਾਲਾ ਟੱਪੇ ਜ਼ਰੂਰ ਹੈ, ਕਿਉਂ ਵੀ ਡਰਾਈਵਰ ਟੱਪੇ ਨਾ ਪੈਣ। ਇਹਨਾਂ ਨੂੰ ਵੀ ਬਾਬਾ ਜਿਹਨੇ ਜਿੰਨੀ ਗੱਲ ਆਉਣੀ ਉਹਨੇ ਉਨੀ ਕਰਨੀ ਬਾਬਾ। ਮੈਂ ਕੋਈ ਕਹਾਂ ਵੀ ਮੈਂ ਗੱਲਾਂ ਦੱਸੀਆਂ ਮੈਂ ਰੱਬ ਬਣ ਗਿਆ, ਨਹੀਂ, ਜਿਹਨੂੰ ਜਿੰਨੀ ਗੱਲ ਪਤਾ ਉਹਨੇ ਦੱਸ ਦੇਣੀ ਹੈ। ਕਰਮ ਕਰਨਾ ਆਪਣਾ ਕੰਮ ਹੈ। ਮੈਨੂੰ ਵੀ ਮੇਰੇ ਗੁਰੂ ਨੇ ਦੱਸਿਆ ਸੀ ਪੁੱਤ ਆਹ ਕੁਛ ਐ ਕਰਨਾ ਪਊਗਾ, ਫਿਰ ਤੇ ਉਹ ਮਹਿਫਲ ਗੁਰੂ ਦੀ ਲਾਈ ਲੱਗੀ ਹੈਗੀ। ਮੈਂ ਕੋਈ ਵਿਦਵਾਨ ਨਹੀਂ ਬਣ ਗਿਆ, ਗੁਰੂ ਨੇ ਰਾਹ ਦਿੱਤਾ ਆਪਣਾ, ਐਵੇਂ ਕਿਸੇ ਨੇ ਰਾਹ ਦਿੱਤਾ ਇਹ ਚੱਲ ਗਏ। ਇਹ ਕਰਦੇ ਆ ਮਾਤਾ ਮਾਤਾ ਕਾਲਕਾ ਦੀ ਹਨਾ ਹਨਾ। ਪਰ ਤੁਸੀਂ ਨਹੀਂ ਮੰਨੀ, ਤੁਹਾਡੇ ਪਿਤਾ ਨੇ ਨਹੀਂ ਮੰਨੀ, ਤੁਹਾਡੀ ਮਾਤਾ ਜੀ ਨੇ ਨਹੀਂ ਮੰਨੀ ਹਨਾ ਹਨਾ। ਪਰ ਕਿਸੇ ਡੇਰੇ ਤੇ ਜਾਂਦੇ ਰਹੇ ਆਪਦੇ ਲੈਵਲ ਤੇ, ਕਿਸੇ ਡੇਰੇ ਤੇ, ਕਿਸੇ ਸੰਤਾਂ ਦਾ ਡੇਰਾ, ਕਿਸੇ ਸਾਧਾਂ ਦਾ ਡੇਰਾ, ਉਹ ਨਹੀਂ ਗਏ ਤੁਹਾਡੇ ਪਿਤਾ ਜੀ ਹੋਰੀ ਹੋਰੀ ਤੁਹਾਡੇ ਪਿਤਾ ਜੀ ਹੋਰੀ ਹੋਰੀ ਉਹ ਜਾਂਦੇ ਹੁੰਦੇ ਸੀ ਉਸੇ ਸੰਤ ਦੇ ਲਾਏ ਬੂਟੇ, ਤੁਸੀਂ ਉਸੇ ਸੰਤ ਦੀ ਦਿੱਤੀ ਮਿੱਠੀ ਮੁਰਾਦ, ਉਸੇ ਸੰਤ ਦਾ ਵਸਾਇਆ ਪਰਿਵਾਰ। ਕੀ ਉਹ ਸੰਤਾਂ ਦੇ ਪੱਕੇ ਸੇਵਕ ਸੀ ਸੀਗੇ ਬਾਬਾ? ਉਹ ਸੰਤਾਂ ਦੇ ਭਗਵਾਂ ਚੜ੍ਹਦਾ ਜਿੱਥੇ ਤੇਰੇ ਪਿਤਾ ਜੀ ਜਾਂਦੇ ਸੀ? ਹਾਂਜੀ ਇਹ ਪੁੱਛ ਲਓ ਜੇ, ਮੈਂ ਨਹੀਂ ਕਹਿੰਦਾ, ਮੈਂ ਤੁਹਾਡੇ ਤੋਂ ਗੱਲ ਪੁੱਛੀ ਹੈ ਵੀ ਭਗਵਾਨ ਚੜ੍ਹਦਾ ਸੀ ਉੱਥੇ ਕਿ ਨਹੀਂ ਚੜ੍ਹਦਾ ਹਨਾ? ਤੁਸੀਂ ਕਹਿੰਦਾ ਨਹੀਂ ਚੜ੍ਹਦਾ ਸੀ, ਕੋਈ ਗੱਲ ਨਹੀਂ, ਆਪਾਂ ਹੋਰ ਪਛਾਣ ਲਾਂਗੇ। ਉਸੇ ਸੰਤਾਂ ਦੇ ਡੇਰੇ ਤੇ ਅੱਜ ਵੀ ਤੇਰਾ ਪਰਿਵਾਰ ਜਾਂਦਾ ਬਾਬਾ, ਤੁਸੀਂ ਜਾਂਦੇ ਹੋ, ਤੁਸੀਂ ਕਦੇ ਗਏ ਹੋ? ਨਹੀਂ ਭਾਈ, ਤੁਹਾਡਾ ਲੜ ਲੱਗਿਆ ਮਾਲਕ ਦੇ ਲੱਗਿਆ ਜੀ ਬਾਬੇ ਦੇ ਨਾਂ ਤੇ, ਉਹ ਭਾਵੇਂ ਥੋੜਾ ਕਰੇ ਬਾਲਾ ਕਰੇ ਉਹਨੇ ਕਰ ਦੇਣਾ।
ਕਰਨਾ ਜ਼ਰੂਰ ਹੈ। ਜਿਹੜੇ ਸੰਤਾਂ ਦੇ ਕੋਲੇ ਉਹ ਜਾਂਦੇ ਸੀ ਉਹ ਜਟਾਧਾਰੀ ਸੰਤ ਸੀ, ਪਤਾ ਨੀ ਪੁੱਛ ਪੁੱਛ ਲਿਓ ਜੇ ਭਾਈ ਤੁਹਾਡੇ ਨੂੰ ਇੰਨੀ ਗੱਲ। ਹੁਣ ਮੈਨੂੰ ਇਹ ਦੱਸੋ ਜਿਹੜੇ ਤੁਹਾਡੇ ਭਾਈ ਜੀ ਹੈ ਤੁਹਾਡੇ ਵੱਡੇ ਭਰਾ ਉਹ ਅੱਜ ਵੀ ਸੇਵਾ ਦੇ ਲੜ ਹੈ, ਠੀਕ ਹੈ ਜੀ? ਤੇਰੇ ਪਰਿਵਾਰ ਦੇ ਵਿੱਚ ਨਵੀਂ ਨਵੀਂ ਕਿਸੇ ਮੁੰਡੇ ਨੇ ਸੇਵਾ ਚੱਕੀ, ਕੋਈ ਇੱਛਾ ਹੈ ਕਿਸੇ ਦੀ ਸੇਵਾ ਵਾਲੀ ਵਿਚਾਲੜੇ ਮੁੰਡੇ ਦੀ ਗੁਰ ਧਾਰਨਾ ਹੋਈ ਹੈ ਜੀ ਉਹਦੀ, ਗੁਰੂ ਨੇ ਧਾਰਿਆ ਪਰ ਜਿਵੇਂ ਉਹਨੂੰ ਕਿਸੇ ਨੇ ਕਿਹਾ ਉਵੇਂ ਲੜ ਲੱਗਿਆ। ਇੱਕ ਨਿਸ਼ਾਨੀ ਦੱਸੀ ਬਾਬਾ ਕੰਨ ਕਿਹਦੇ ਬਿੰਨਾ? ਹਾਂਜੀ ਜਿਹੜਾ ਸਭ ਤੋਂ ਛੋਟਾ, ਜਿਹੜਾ ਸਾਰਿਆਂ ਤੋਂ ਛੋਟਾ ਉਹਦਾ ਕੰਨ ਬਿੰਨਿਆ, ਇਹ ਤੇਰੇ ਬੇਟੇ ਦੀ ਨਿਸ਼ਾਨੀ ਆ ਬਾਬਾ, ਹਨਾ? ਤੇ ਜਿਹੜਾ ਸੇਵਾ ਦਾ ਇੱਛਾ ਪੂਰਵਕ ਬੰਦਾ ਉਹ ਵਿਚਾਲਣ ਦਾ ਬੇਟਾ, ਉਹੀ ਜੀ ਦਾ ਕੰਨ ਬਿੰਨਿਆ ਬਾਬਾ, ਉਹੀ ਹੈ। ਮੈਂ ਤੀਜੀ ਵਾਰੀ ਪੁੱਛਦਾ ਉਹੀ ਹੈ ਜਾਂ ਬਾਬਾ ਤੇਰਾ ਮੇਰਾ ਵਾਅਦਾ ਮੁੰਡਾ ਸੇਵਾਦਾਰ ਬਣ ਕੇ ਹਟੂਗਾ? ਕਹਿ ਸਕਦਾ ਸਾਧੂ ਸਿੰਘ ਕੋਈ ਬੰਦਾ ਸੀ ਪਰ ਕਿਸੇ ਚੇਲੇ ਬਾਬੇ ਨੇ ਨਹੀਂ ਦੱਸਿਆ ਵੀ ਸਾਧੂ ਸਿੰਘ ਕੋਈ ਹੈਗਾ, ਹੈਨਾ? ਪਰ ਬਾਬਾ ਮੇਨ ਮੁੱਢ ਤੇਰਾ ਸਾਧੂ ਸਿੰਘ, ਜਿੰਨਾ ਚਿਰ ਇਹ ਸਾਧੂ ਸਿੰਘ ਬਾਹ ਨਹੀਂ ਨਾ ਫੜਦਾ ਉਹਨਾਂ ਚਿਰ ਕੋਈ ਹੱਲ ਨਹੀਂ ਬਣਦਾ। ਖੜਜਾ ਬਾਬਾ ਸਾਰਾ ਜਿਵੇਂ ਜਿਵੇਂ ਆਊਗਾ ਮੈਂ ਉਵੇਂ ਉਵੇਂ ਦੱਸੂਗਾ ਤੈਨੂੰ। ਕੋਈ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਹਟਿਆ ਮੈਂ ਰੱਬ ਨਹੀਂ, ਜਿਵੇਂ ਮੈਨੂੰ ਇਹਨੇ ਦੱਸਣਾ ਮੈਂ ਉਵੇਂ ਹੀ ਦੱਸਣਾ। ਜੇ ਇਹ ਆਇਆ, ਜੇ ਆਇਆ ਤਾਂ ਕਿਸੇ ਗੱਲ ਨਾ ਆਇਆ, ਐਵੇਂ ਤਾਂ ਆਇਆ। ਤੈਨੂੰ ਮੈਂ ਪੁੱਛਿਆ ਵੀ ਇਹ ਪੂਜਾ ਪਾਠ ਕਰਦਾ ਸੀ, ਤੂੰ ਕਿਹਾ ਨਹੀਂ ਕਰਦਾ, ਨਾ ਹੀ ਤੈਨੂੰ ਪਤਾ, ਹੈਨਾ? ਪਰ ਬਾਬਾ ਇਹਨੂੰ ਵੀ ਥਾਪੀ ਸੀ, ਐਵੇਂ ਤਾਂ ਇਹ ਵੀ ਨਹੀਂ ਬਣ ਗਿਆ ਬਾਬਾ, ਐਵੇਂ ਤਾਂ ਇਹ ਵੀ ਨਹੀਂ ਸਾਧੂ ਸਿੰਘ ਘਵਾ ਗਿਆ। ਸਾਧੂ ਸਿੰਘ ਉਹ ਹੈ ਜਿਹੜਾ ਉਂਗਲ ਫੜ ਕੇ ਕਹਿੰਦਾ ਵੀ ਕਿੱਥੇ ਫਿਰਦਾ, ਉੱਠ ਖੜਾ ਹੋ। ਇਹਨੂੰ ਕਹਿੰਦੇ ਸਾਧੂ ਸਿੰਘ। ਕਿਸੇ ਚੰਡੇ ਜਦੋਂ ਕੋਈ ਚੰਡਦਾ ਨਾ ਬਾਬਾ, ਉਹ ਮਾੜੀ ਮੋਟੀ ਖੇਡ ਨਹੀਂ ਖੜਾਉਂਦਾ। ਨਾਲੇ ਅੱਜ ਦੀ ਪੀੜ੍ਹੀ ਜਿਹੜੀ ਅੱਜ ਦੀ ਕੁੱਲ ਹੈ ਨਾ ਬਾਬਾ, ਇਹ ਤਾਂ ਚਾਰ ਦਿਨ ਸੇਵਾ ਕਰਕੇ ਬਾਬੇ ਬਣਨ ਵਾਲੀ ਗੱਲ ਹੈ, ਪਰ ਜਿਹੜੇ ਪੁਰਾਣੇ ਹੁੰਦੇ ਸੀ ਉਹ ਗੁਰੂਆਂ ਦੀ ਮਾਰਾਂ ਸਹਿੰਦੇ ਸੀ। ਮੈਨੂੰ ਵੀ ਮੇਰੇ ਦਾਦੇ ਨੇ ਗੱਲਾਂ ਸਿਖਾਈਆਂ, ਮੇਰਾ ਦਾਦਾ ਸੇਵਾ ਕਰਦਾ ਹੁੰਦਾ ਸੀ, ਮੈਨੂੰ ਦੱਸਦਾ ਹੁੰਦਾ ਸੀ ਵੀ ਗੁਰੂ ਚੀਜ਼ ਕੀ ਹੈ ਤੇ ਗੁਰੂ ਮਰਿਆਦਾ ਕੀ ਹੈ। ਹਾਂ ਬਾਬਾ ਇੱਕ ਗੱਲ ਦੱਸੀ ਮੈਨੂੰ, ਰੋਜ਼ਾ ਕਿੱਥੇ ਆ ਬਾਬੇ ਦਾ? ਰੋਜ਼ਾ ਬਾਬਾ ਬਾਬੇ ਦਾ ਰੋਜ਼ਾ ਦਰਗਾਹ ਥੋੜੇ ਪੁਰਾਣੀ ਬਣੀ ਹੈ, ਹੈਨਾ? ਬਾਬੇ ਦੇ ਟਾਈਮ ਦੀ ਹੈ, ਬਾਬੇ ਦੇ ਟਾਈਮ ਦੀ ਹੈ।
ਬਾਪੂ ਮੈਂ ਤੈਨੂੰ ਇੰਨੀ ਗੱਲ ਪੁੱਛੀ ਹੈ ਵੀ ਜਿਹੜੀ ਉਹ ਦਰਗਾਹ ਸੀ ਉਹ ਬਾਬੇ ਦੇ ਟਾਈਮ ਸੀਗੀ ਸਾਧੂ ਸਿੰਘ ਦੇ ਟਾਈਮ ਇਹ ਪੁੱਛਿਆ ਮੈਂ ਜਿਵੇਂ ਦਰਗਾਹ ਬਣਾਈ ਆਈ ਹੁਣ ਰੋਜ਼ਾ ਲੱਗਿਆ ਬਾਬੇ ਦਾ ਜਿੱਥੇ ਚਾਦਰ ਚੜਾ ਦਿੰਦੇ ਹੋ ਹਨਾ ਜਿੱਥੇ ਆਪਦਾ ਕੋਈ ਪੂਜਾ ਪਾਠ ਵਗੈਰਾ ਕਰਦੇ ਹੋ ਇਹ ਪੁਰਾਣਾ ਹੀ ਹੈ ਅੱਜ ਦਾ ਤਾਂ ਨਹੀਂ ਪੁਰਾਣਾ ਤੁਹਾਡੇ ਟਾਈਮ ਤੋਂ ਵੀ ਪਹਿਲਾਂ ਦਾ ਹੈਗਾ ਨਾ ਬਾਬਾ ਝੂਠੀ ਤਾਂ ਨਹੀਂ ਮੇਰੀ ਗੱਲ ਗੱਲ ਬਾਬਾ ਹਾਂ ਜਾਂ ਨਾ ਹਾਂ ਜਾਂ ਕਰੀ ਰਿਹਾ ਜਦੋਂ ਮੈਨੂੰ ਤੂੰ ਤੈਨੂੰ ਲੱਗੇ ਨਾ ਵੀ ਬੱਚਾ ਝੂਠ ਮਾਰ ਗਿਆ ਜਾਂ ਗੱਲ ਪਲਟ ਗਿਆ ਤੂੰ ਮੈਨੂੰ ਮੋਢਾ ਫੜ ਕੇ ਕਹਿ ਸਕਦਾ ਲਾਈਵ ਚੱਲੀ ਜਾਂਦਾ ਵੀ ਬੇਟਾ ਬਹਿ ਜਾ ਤੇਰੇ ਤੋਂ ਨਹੀਂ ਨਿਕਲਦੀ ਕੁਛ ਕਹਿ ਸਕਦਾ ਬਾਪੂ ਤੈਨੂੰ ਫੁੱਲ ਥੋਟੀ ਹੈ ਪਰ ਇਹ ਜਿਹੜੀ ਸੇਵਾ ਹੈ ਇਹ ਪੁਰਾਣੀ ਹੈ ਗਿਆਰਵੀਂ ਮਨਾਉਂਦੇ ਸੀ ਤੇਰੇ ਪਰਿਵਾਰ ਗਿਆਰਵੀਂ ਮਨਾਈ ਆ ਕਿਸੇ ਨੇ ਕਦੇ ਨੀ ਮਨਾਈ ਇਹ ਤੇਰੀ ਸੁਰਤ ਦੀ ਗੱਲ ਹੈ ਪਰ ਬਾਬੇ ਸਾਧੂ ਸਿੰਘ ਦੇ ਟਾਈਮ ਦੀ ਗੱਲ ਨਹੀਂ ਕਿਉਂਕਿ ਬਾਬਾ ਸਾਧੂ ਸਿੰਘ ਹੁਣ ਪੂਜਾ ਪਾਠ ਦਾ ਉਪਾਸਕ ਸੀਗਾ ਲਿਵ ਸੀਗੀ ਉਸ ਬਾਬੇ ਦੀ ਤੁਸੀਂ ਕਹਿੰਦੇ ਹੋ ਕਿ ਹੈ ਨਹੀਂ ਮੈਂ ਨਹੀਂ ਜਾਣਦਾ ਤੁਹਾਡੇ ਘਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਚਿੱਟੀ ਪੱਗ ਦੀ ਨਿਸ਼ਾਨੀ ਉਹ ਕਿੱਥੇ ਮਿਲਦੀ ਹੈ ਬਾਬਾ ਚਿੱਟੀ ਪੱਗ ਨਹੀਂ ਧਿਆਨ ਕਦੇ ਚੜਾਈ ਨਹੀਂ ਚਿੱਟੀ ਪੱਗ ਕਦੇ ਬਾਬੇ ਸਾਧੂ ਸਿੰਘ ਨੂੰ ਦਿੱਤੀ ਨਹੀਂ ਚਿੱਟੀ ਪੱਗ ਬੋਲੋ ਹਾਂਜੀ ਆਮ ਪੱਕਾ ਦਿੰਦੇ ਆ ਪਰ ਜਦੋਂ ਪਹਿਲਾਂ ਸੀ ਜਿਹੜੇ ਤੁਹਾਡੇ ਮਾਤਾ ਜੀ ਤੁਹਾਡੇ ਪਿਤਾ ਜੀ ਸੀ ਇਹ ਸੇਵਾ ਕਰਦੇ ਸੀ ਪੀਰ ਦੀ ਕਰਦੇ ਸੀ ਨਾ ਹਨਾ ਜਿਹੜੇ ਤੁਹਾਡੇ ਬਾਪੂ ਜੀ ਸੀ ਉਹ ਹੈਗੇ ਆ ਹਾਂਜੀ ਗੁਜ਼ਰ ਗਏ ਦਰਮਿਆਨਾ ਕਦ ਸੀ ਇਹਨਾਂ ਦਾ ਜਿਵੇਂ ਤੁਹਾਡਾ ਏਡਾ ਤਾਂ ਕਦ ਸੀ ਗਈ ਹਨਾ ਤੁਹਾਡੇ ਤਾਂ ਬਰਾਬਰ ਦਾ ਦਰਮਿਆਨਾ ਹੀ ਹੋ ਗਿਆ ਪਰ ਇਹ ਚਿੱਟੀ ਪੱਗ ਬੰਨਦੇ ਸੀ ਜਿਹੜੇ ਤੁਹਾਡੇ ਬਾਪੂ ਜੀ ਖੋਤੇ ਬਾਪੂ ਜੀ ਸੀ ਬਾਬਾ ਚਿੱਟੀ ਬੰਨਦੇ ਸੀ ਜਾਂ ਨਹੀਂ ਕਦੇ ਬੰਨਦੇ ਸੀ ਹਨਾ ਜਿੰਨੀ ਕੁ ਨਿਸ਼ਾਨੀ ਉਹ ਮੈਂ ਉਨੀ ਦੱਸੂ ਸਰੀਰ ਦੇ ਪਤਲੇ ਸੀਗੇ ਨਾ ਹਾਂ ਜੱਤ ਸੱਤ ਪੱਕਾ ਬਾਬਾ ਕਰੇ ਖੇਤ ਪਲ ਭਲੀ ਧੂਣਾ ਕਿਹਨੇ ਲਾਇਆ ਬਾਬਾ ਕਿਹਨੇ ਛੋਟੇ ਮੁੰਡੇ ਨੇ ਕਿਸੇ ਨੇ ਲਵਾਇਆ ਕਿਸੇ ਬਾਬੇ ਨੇ ਲਵਾਇਆ ਜਾਂ ਆਪਦੀ ਮਰਜ਼ੀ ਨਾਲ ਲਾ ਲਿਆ ਕਿਸੇ ਬਾਬੇ ਤੋਂ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਵੀ ਗੁਰ ਥਾਪਣਾ ਹੋਈ ਆ ਗੁਰੂ ਗੁਰੂ ਬਣਿਆ ਆ ਕੋਈ ਉਹ ਗੱਲ ਮੈਂ ਪਹਿਲਾਂ ਪੁੱਛੀ ਲੱਗਿਆ ਨਾ ਧੂਣਾ ਬਾਪੂ ਗੋਲ ਲਾਇਆ ਧੂਣਾ ਗੋਲ ਲਾਇਆ ਹਨਾ ਜਿਹੜੇ ਤੁਹਾਡੇ ਪਿਤਾ ਜੀ ਸੀ ਉਹ ਸੇਵਾ ਕਰਦੇ ਸੀ ਭਾਈ ਤੁਹਾਡਾ ਜ਼ਰੂਰ ਕਰਦਾ ਸੀ ਭਾਈ ਤੁਹਾਡੇ ਨੇ ਧੂਣਾ ਲਾਇਆ ਵੱਡੇ ਘਰੇ ਲੱਗਿਆ ਉਹਦੇ ਵੀ ਗੋਲ ਲੱਗਿਆ ਇੱਕੋ ਹੀ ਘਰੇ ਇੱਕੋ ਹੀ ਗੱਲ ਇੱਕੋ ਹੀ ਬਾਤ ਹਨਾ ਜਿਹੜੀ ਗੱਦੀ ਜਿਹੜਾ ਇਲਮ ਤੁਰਨਾ ਹੁਣ ਜੇ ਮੈਂ ਕਹਿੰਦਾ ਬਾਬਾ ਮੈਂ ਦੇ ਦੂੰਗਾ ਤਾਂ ਨਹੀਂ ਜੇ ਮੈਂ ਕਹਿੰਦਾ ਵੀ ਬਾਬਾ ਤੂੰ ਦੇ ਦੇਗਾ ਨਹੀਂ ਉਹ ਤੁਹਾਡੇ ਭਾਈ ਦੀ ਥਾਪੀ ਨਾ ਚੱਲਣਾ ਤੁਹਾਡੇ ਭਾਈ ਥਾਪੀ ਲਾਉਣਗੇ ਬੱਚੇ ਤੇ ਫੇਰ ਸੇਵਾ ਚੱਲਣੀ ਸਮਝਦੇ ਤਾਇਆ ਭਤੀਜੇ ਇੱਕੋ ਜਗ੍ਹਾ ਹੀ ਕਰਦੇ ਆ ਕਿ ਅਲੱਗ ਅਲੱਗ ਕਰਦੇ ਆ ਬਾਬਾ ਕਿਉਂ ਦੱਸਦਾ ਮੈਂ ਜਿਹੜੀ ਗੱਲ ਤੂੰ ਉਸੇ ਮੈਨੂੰ ਹਾਂ ਨਾ ਕਰਦਾ ਤੁਰਿਆ
ਚੇਲਾ ਬਹੁਤ ਕਪੱਤਾ ਆਂਦਾ, ਚੇਲਾ 100 ਪਾਸੇ ਕੰਨ ਘੁਮਾ ਕੇ ਫੇਰ ਗੱਲ ਲਿਆਉਂਦਾ, ਕਿਉਂਕਿ ਆਪਦੀ ਚੇਲੇ ਨੇ ਪਗਾਉਣੀ ਹੁੰਦੀ। ਪਰ ਮੈਂ ਤੈਨੂੰ ਸਿੱਧੀ ਗੱਲ ਕਹੀ, ਤੂੰ ਹਾਂ ਨਾ ਕਰੀ। ਹੁਣ ਜਿਹੜਾ ਤੇਰਾ ਭਾਈ ਸੇਵਾ ਕਰਦਾ ਉਹ ਤੇਰੇ ਤੋਂ ਛੋਟਾ ਛੋਟਾ ਵੱਡਾ ਹੀ ਹੈ, ਸਾਰਿਆਂ ਤੋਂ ਵੱਡਾ ਹੈ ਨਾ। ਹੁਣ ਉਹ ਬਜ਼ੁਰਗ ਗਿਆ, ਕਿੰਨੇ ਚਿਰ ਹੋ ਗਏ, ਵੀਹ ਤੋਂ ਪੱਚੀ ਸਾਲ ਹੋ ਚੱਲੇ ਹਨਾ ਹਨਾ ਉੱਚੇ ਲੰਮੇ ਕੱਦ ਦਾ ਗੱਭਰੂ, ਆ ਗਿਆ ਨਾ ਬੇਬੇ ਤੂੰ ਨਾ ਦੱਸ ਕਵਾਰਾ ਸੀ ਇਹ ਹਨਾ। ਹੁਣ ਬਾਬਾ ਗੱਲ ਦੱਸੀ, ਸਾਧੂ ਸਿੰਘ ਨੂੰ ਮੰਨਦੇ ਹੋ ਤੇ ਇਹ ਬਾਬੇ ਨੂੰ ਮੰਨਦੇ ਹੋ ਜਿਹਨੇ ਗੱਦੀ ਕੀਤੀ ਸੀ, ਜਿਹੜਾ ਕਵਾਰਾ ਸੀ? ਨਹੀਂ ਮੰਨਦੇ ਬਾਬਾ, ਮੈਂ ਝੂਠੀ ਗੱਲ ਨਾ ਕਵਾਂ ਨਾ ਮੈਂ ਕਵਾਂ, ਤੁਸੀਂ ਨਹੀਂ ਮੰਨਦੇ ਹੁੰਦੇ ਹਨਾ। ਇਹ ਤੇਰੇ ਭਾਈ ਨੇ ਪੀਰ ਮੰਨੇ, ਫਕੀਰ ਮੰਨੇ ਹਨਾ, ਬਾਬਾ ਗੋਰਖਨਾਥ ਮੰਨਿਆ, ਬਾਬਾ ਸ਼੍ਰੀ ਚੰਦ ਮੰਨਦਾ ਸੀ, ਜੈ ਜੈ ਗੱਲ, ਸਿਗਰੇਟ ਬੀੜੀ ਨਹੀਂ ਪੀਂਦਾ ਸੀ, ਧੂਣਾ ਵੈਸ਼ਨੂੰ ਸੀ ਸੀਗਾ ਨਾ ਬਾਬਾ, ਕੀ ਅੱਜ ਉਹ ਧੂਣਾ ਉਵੇਂ ਵੈਸ਼ ਹੈ ਨੀ ਨਾ ਬਾਬਾ? ਤੇਰੀ ਗੱਲ ਤੇਰਾ ਜਵਾਬ ਤੇਰੇ ਕੋਲ, ਮੈਂ ਕੋਈ ਰੱਬ ਨਹੀਂ। ਬਾਬੇ ਦੇ ਨਾਂ ਦਾ ਧੂਣਾ ਲੱਗਿਆ ਜੀ, ਕਦੇ ਬਾਬੇ ਦੇ ਨਾਂ ਦੀ ਦੇਗ ਕੀਤੀ ਦੇਸੀ ਘਿਓ ਦੀ? ਉਹੀ ਗੱਲ ਤੁਸੀਂ ਨਹੀਂ ਕਦੇ ਕਦੇ ਬਾਬੇ ਦਾ ਜਿਹੜਾ ਵੀ ਹੈ ਲੈਣ ਦੇਣ ਉਹ ਧੂਣੇ ਤੇ ਕਰੋ, ਉਹ ਫਕੀਰ ਨੂੰ ਮੰਨੋ। ਇੱਕ ਇੱਕ ਦੋ ਤੇ ਤਿੰਨ ਸ਼ੁਰੂ ਦੇ ਬਾਬਾ, ਜਿਹੜਾ ਤੇਰਾ ਪਿਛੋਕੜਾ, ਜਿਹੜਾ ਤੇਰਾ ਪਿੱਛਾ, ਤੇਰੇ ਬਜ਼ੁਰਗਾਂ ਦਾ, ਪ੍ਰੇਸਤਰੇ ਦਾ, ਵੱਡਿਆਂ ਦਾ, ਉਹ ਪਿੱਛੇ ਪਾਕਿਸਤਾਨ ਦਾ, ਰਾਜਸਥਾਨ ਤਾਂ ਤੇਰੀ ਚੌਥੀ ਪੀੜ੍ਹੀ ਹੈ, ਤੇਰੇ ਦਾਦੇ ਤੋਂ ਪਿੱਛੇ ਹੀ ਰਾਜਸਥਾਨ ਦੀ ਪੀੜ੍ਹੀ ਹੈਗੀ ਹੈਗੀ। ਇੱਥੇ ਤੇਰੇ ਜਿਹੜਾ ਦਾਦੇ ਦਾ ਪਿਤਾ, ਉਹਦੇ ਨਾਲ ਜ਼ਮੀਨ ਵੀ ਬੋਲਦੀ ਹੈ ਰਾਜਸਥਾਨ ਦੇ, ਅੱਜ ਵੀ ਬੋਲਦੀ ਹੈ ਤੇ ਕੱਲ ਵੀ ਬੋਲੂ ਹਨਾ। ਪਰ ਜਿਹੜਾ ਤੇਰਾ ਪਿਛੋਕੜ ਹੈ, ਜਿੱਥੋਂ ਤੇਰੀ ਗੱਦੀ ਦਾ ਮੁੱਢ ਹੈ, ਜਿੱਥੇ ਤੇਰਾ ਪੂਰਾ ਮੁੱਢ ਹੈ, ਉਹ ਜਿਹੜਾ ਜਾ ਕੇ ਖੜਦਾ ਹੈ ਛੇਵੀਂ ਪੀੜ੍ਹੀ, ਜਿੱਥੇ ਤੇਰਾ ਵੱਡਾ ਬਜ਼ੁਰਗ ਹੈ, ਜਿੱਥੇ ਤੈਨੂੰ ਮੈਂ ਬਾਬਾ ਪੁੱਛਿਆ ਸੀ ਭਗਵੇਂ ਚੜ੍ਹਦੇ ਆ, ਉਹ ਫਕੀਰ ਹੈ ਜਿਹਨੇ ਬਾਬੇ ਨੂੰ ਮੰਨਿਆ ਗੋਲ ਧੂਣਾ ਲਾ ਕੇ, ਇਹ ਆ ਉੱਥੋਂ ਦਾ, ਇਹ ਨਹੀਂ ਅੱਜ ਤੱਕ ਤੁਸੀਂ ਮੰਨਿਆ। ਮੈਂ ਤੈਨੂੰ ਕਹਿੰਦਾ ਵੀ ਬਾਬਾ ਹਾਂ, ਮੈਨੂੰ ਬਾਬਾ ਦੱਸਦਾ ਤੁਸੀਂ ਮੰਨਿਆ, ਚੜਾਇਆ ਕੁਛ ਨਹੀਂ ਦਿੱਤਾ ਤੁਸੀਂ ਉਸ ਫਕੀਰ ਨੂੰ, ਭਗਵੇਂ ਰੰਗ ਦੀ ਤਾਂ ਇੱਕ ਚੀਜ਼ ਵੀ ਨਹੀਂ ਦਿੱਤੀ, ਉਸ ਸੰਤ ਨੂੰ ਨਹੀਂ ਪਹੁੰਚੀ, ਸਮਝਦੇ ਹੋ? ਹੁਣ ਗੱਲਾਂ ਦੋ ਤਿੰਨ ਨੇ ਸੇਵਾ ਦੀਆਂ, ਜੇ ਸੇਵਾ ਲੜ ਹੈ, ਜੇ ਕਰਨੀ ਦੇ ਇੱਛੁਕ ਉਹਨਾਂ ਨੇ ਗੁਰੂ ਬਣਾਇਆ, ਸਭ ਤੋਂ ਵੱਡਾ ਤਾਂ ਵਿਸ਼ਵਾਸ ਆਪਦੇ ਗੁਰੂ ਤੇ ਹੁੰਦਾ ਬਾਬਾ। ਦੁਨੀਆ ਤਾਂ ਬਹੁਤ, ਅੱਜ ਮੈਂ ਤੁਹਾਨੂੰ ਸੁਣਾਤੀ, ਕੱਲ ਨੂੰ ਕੋਈ ਹੋਰ ਬਾਬਾ ਸੁਣਾਊਗਾ ਨਵੀਂ ਗੱਲ ਹਨਾ। ਪਰ ਮੈਂ ਉਹੀ ਕਰਨੀ ਹੈ ਜਿਹੜੀ ਤੁਹਾਡੇ ਨਾਲ ਰਿਲੇਟਡ ਹੈ, ਜਿਹੜੇ ਤੁਸੀਂ ਜਾਣਦੇ ਹੋ, ਮੈਂ ਦੂਜੀ ਗੱਲ ਨਹੀਂ ਕਰਦਾ, ਸਮਝਦੇ ਹੋ? ਜਿਹੜਾ ਬਾਬਾ ਸਾਧੂ ਸਿੰਘ ਹੈ ਇਹਨੂੰ ਮੰਨੀ ਜਾਂਦੇ ਹੋ, ਇਹਨੂੰ ਮੰਨੋ। ਜਿਹੜਾ ਤੁਹਾਡਾ ਬਜ਼ੁਰਗ ਕੁਵਾਰਾ ਸੀ ਜਿਹਨੇ ਧੂਣਾ ਲਾਇਆ ਸੀ, ਠੀਕ ਹੈ, ਇਹਨੇ ਵੀ ਗੁਰੂ ਥਾਪੜਾ ਲਿਆ ਲਿਆ ਸੀ, ਐਵੇਂ ਨਹੀਂ ਬਣਿਆ, ਇਹਦੇ ਵੀ ਫਕੀਰ ਧੂਣਾ ਲਾ ਕੇ ਗਿਆ, ਕੋਈ ਸੇਵਾਦਾਰ ਲਾ ਕੇ ਗਿਆ ਸੀ ਧੂਣਾ, ਪਰ ਇਹ ਲਾ ਕੇ ਗਿਆ ਸੀ। ਹਾਂਜੀ ਹਾਂਜੀ, ਉਹ ਬਾਬਾ ਗੱਲ ਗੱਲ ਤਾਂ ਸੁਣ ਲਾ, ਤੁਹਾਨੂੰ ਨਹੀਂ ਨਾ ਪਤਾ, ਪਰ ਜਿਹੜਾ ਇਹਦੇ ਨਾਲ
ਹੋਈਆਂ ਗੱਲਾਂ ਹੋਈਆਂ ਗੱਲਾਂ ਇਹ ਉਹਦੇ ਨਾਲ ਹੀ ਹੋਈਆਂ। ਤੁਸੀਂ ਪਰਿਵਾਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਤੇਰਾ ਹੀ ਭਾਈ ਸੀ, ਤੁਹਾਡੀ ਮਾਤਾ ਹੋਰਾਂ ਨੇ ਬਹੁਤ ਫਾਇਦੇ ਖੱਟੇ ਇਹਦੇ ਤੋਂ, ਇਹਨਾਂ ਦੀਆਂ ਗੱਲਾਂ ਤੋਂ, ਇਸ ਮੁੰਡੇ ਦੀਆਂ, ਇਸ ਸੇਵਾਦਾਰ ਦੀਆਂ ਗੱਲਾਂ ਤੋਂ ਵੀ ਭਾਈ ਆਹ ਗੱਲ ਇੱਥੇ ਹੋਣੀ, ਆਹ ਗੱਲ ਐਂ ਹੋਣੀ। ਕੱਲੀ ਕੱਲੀ ਗੱਲ ਸੁਣਾਈ ਸੀ, ਕਹਾਣੀ ਵਾਪਰੀ, ਬਿਪਤਾ ਬੀਤੀ ਜਾਂ ਉਹਦੇ ਨਾਲ ਜੋ ਹੋਇਆ ਉਹ ਮਾਲਕ ਨੂੰ ਪਤਾ ਹੈ ਜੀ। ਅੱਧ ਖੜ ਉਮਰ ਜਾਣਾ ਬਹੁਤ ਠੀਕ ਹੈ, ਇਹਨੂੰ ਮੰਨੋ। ਮਾਤਾ ਕਾਲਕਾ ਤੁਹਾਡੀ ਮਾਨਤਾ ਚ ਹੈਣੀ, ਤੇ ਜੇ ਲੱਗ ਹੀ ਗਏ ਹੋ ਤੇ ਹੁਣ ਇਹਨੂੰ ਵੈਸ਼ਨੂੰ ਮੰਨ ਲਓ, ਫਿਰ ਦੋ ਲੱਡੂਆਂ ਦੀ ਮੰਨ ਲਓ ਵਿਚਾਰੀ। ਜੇ ਲੱਗ ਹੀ ਗਏ ਕਿਸੇ ਨੇ ਲਾ ਹੀ ਦਿੱਤਾ ਠੀਕ ਹੈ ਜੀ, ਫਿਰ ਇਹਨੂੰ ਦੋ ਲੱਡੂਆਂ ਤੇ ਮੰਨ ਕੇ ਧੂਣੇ ਦੇ ਉੱਤੇ ਉਸ ਬਜ਼ੁਰਗ ਦਾ ਜਿਹੜਾ ਕੁਵਾਰਾ ਸੀ ਉਹਦਾ ਨਾਮ ਲੈ ਦਿਓ ਵੀ ਜੇ ਹੈ ਤਾਂ ਆ ਜਾ ਸਾਹਮਣੇ। ਤੇ ਦਿਨ ਤੀਜਾ ਨਹੀਂ ਪੈਣ ਦਿੰਦਾ ਬਾਬਾ ਜੀ, ਸਾਰੀ ਲਹਿਰ ਪੁੱਠੀ ਨਾ ਚਲਾ ਦਿੰਦਾ। ਘਰ ਦੇ ਵਿੱਚ ਜੋ ਵੀ ਦਿੱਕਤਾਂ, ਸਰੀਰ ਤੇ ਪਰੇਸ਼ਾਨੀਆਂ, ਜੋ ਵੀ ਕੁਛ ਹੈ ਸਭ ਸਮੇਟ ਦਿੰਦਾ। ਐਵੇਂ ਮੇਰੇ ਤੋਂ ਝੂਠੇ ਰਾਹ ਨਹੀਂ ਪਾਈਦਾ ਹੁਣ ਵੀ ਤੁਸੀਂ ਐਂ ਕਰ ਲਓ, ਆਓ ਕਰ ਲਓ, ਜਾ ਕੇ ਤੁਹਾਡਾ ਸਹੀ ਹੋ ਜਾਊ। ਮੈਂ ਨਹੀਂ ਕਹਿੰਦਾ, ਆਪਦਾ ਫਕੀਰ ਜੋ ਆਪਦੇ ਘਰ ਦਾ ਵਡੇਰਾ ਉਹਨੂੰ ਮੰਨੋ, ਧੂਣੇ ਦਾ ਨੇਮ ਪੂਰਾ ਕਰ ਦਿਓ, ਅੱਥੋ ਅੱਥੀ ਸਾਰਾ ਕੁਛ ਤਿੰਨ ਦਿਨਾਂ ਦੇ ਵਿੱਚ ਸਿਰ ਸਿਰ ਇੱਕ ਵੀ ਚੀਜ਼ ਨਹੀਂ ਰਹਿਣ ਦੇਣਾ। ਸਮਝਦੇ ਹੋ, ਇੰਨੀ ਗੱਲ ਕਰ ਲਓ ਜਾ ਕੇ ਠੀਕ ਹੈ। ਇੱਕ ਮੈਨੂੰ ਗੱਲ ਦੱਸਿਓ ਜੀ, ਦਵਾ ਕਿਹਨੂੰ ਪੈ ਜਾਂਦਾ ਜੀ? ਦਵਾ ਪਰਿਵਾਰ ਮੈਂ ਨਿਸ਼ਾਨੀ ਦੱਸ ਦਿੰਦਾ ਜੀ, ਇਹ ਉਹਨੂੰ ਦਵਾ ਪੈਂਦਾ ਹੋਊਗਾ ਠੀਕ ਹੈ ਜੀ, ਜਿਹੜਾ ਦਾਰੂ ਦਾ ਸੇਵਨ ਕਰ ਲਿਆ ਜਿਹਦਾ ਵੀ ਹੈ ਤੁਸੀਂ ਜਾਣੋ ਨਾ ਜਾਣੋ ਮੈਨੂੰ ਨੀ ਪਤਾ। ਇੱਕ ਦੋ ਗੱਲ ਹੋਰ, ਬਾਬਾ ਅੱਗ ਕਿੱਥੇ ਲੱਗੀ ਸੀ? ਹਾਂਜੀ ਹਾਂਜੀ, ਘਰੇ ਜਿਹੜੇ ਮੌਜੂਦਾ ਟਾਈਮ ਹੁਣ ਰਹਿੰਦੇ ਹੋ ਇਸ ਘਰੇ ਲੱਗੀ ਸੀ? ਤੁਹਾਡੇ ਆਪ ਦੇ ਘਰੇ ਅਚਾਨਕ ਲੱਗੀ ਸੀ? ਹਾਂ ਹਾਂ, ਕਾਫੀ ਲੱਗੀ ਸੀ, ਸਾਰਾ ਕੁਛ ਹੀ ਮੱਚ ਗਿਆ, ਪਰ ਇਹ ਨਹੀਂ ਪਤਾ ਵੀ ਕਿਵੇਂ ਲੱਗੀ, ਕਿਉਂ ਲੱਗੀ, ਕੀ ਕਾਰਨ। ਇਹ ਅੱਗ ਲੱਗੀ ਨੂੰ ਕਿੰਨਾ ਟਾਈਮ ਹੋਇਆ ਜੀ? ਉਦੋਂ ਤੁਹਾਡੇ ਭਾਈ ਜੀ ਸੀਗੇ, ਭਰਾ ਤੁਹਾਡਾ ਸੀਗਾ, ਤੇ ਉਹ ਤੋਂ ਥੋੜੇ ਟਾਈਮ ਬਾਅਦ ਤੁਹਾਡੇ ਭਰਾ ਦੀ ਡੈਥ ਹੋ ਜਾਂਦੀ ਹੈ। ਐਵੇਂ ਹੁੰਦਾ ਹਨਾ, ਪੰਜ ਸਾਲ ਬੀਤ ਜਾਂਦੇ, ਇੰਨੀ ਬੀਤਦੇ ਆ ਬਾਬਾ, ਇਹ ਤੋਂ ਇਲਾਵਾ ਤਾਂ ਨਹੀਂ ਬੀਤਦਾ ਕੁਛ? ਆਹ ਗੱਲ ਆ, ਕੇਕ ਬਣਾ ਲਓ ਜੀ, ਚਾਹ ਪਰੌਂਠਾ ਬਣਾ ਲਓ ਜੀ, ਦੋ ਲੱਡੂ ਲੈ ਲਓ ਠੀਕ ਹੈ ਜੀ, ਲੈ ਕੇ ਮਾਲਕ ਦਾ ਨਾਮ ਤੇ ਉਹਦਾ ਨਾਮ ਧੂਣੇ ਚ ਪਾ ਦਿਓ ਜੇ, ਤੇ ਨਾ ਕੋਈ 19 ਤੇ ਨਾ ਕੋਈ 21, ਨਾ ਕੋਈ ਬੱਕਰੇ ਤੇ ਨਾ ਕੋਈ 36 ਕਾਸੇ ਲਾਉਣ ਦੀ ਲੋੜ ਨਹੀਂ ਜੀ, ਤੁਹਾਡਾ ਦੇਗ ਤੇ ਦੋ ਲੱਡੂਆਂ ਤੇ ਭਲਾ ਹੋ ਜਾਣਾ ਜੇ ਕਰਨ ਵਾਲੇ ਹੋਣ ਤਾਂ।
ਠੀਕ ਹੈ ਜੀ। ਇਹੀ ਦਿੱਕਤਾਂ ਇਹੀ ਪਰੇਸ਼ਾਨੀਆਂ ਤਿੰਨਾਂ ਭਰਾਵਾਂ ਦੇ ਕਾਮਾਂ ਕਾਰਾਂ ਚ ਦਿੱਕਤਾਂ ਇਸੇ ਵਜ੍ਹਾ ਨਾਲ ਆਉਂਦੀਆਂ, ਇਕੱਲੇ ਤੁਹਾਡੇ ਨਹੀਂ ਦੂਜੇ ਪਰਿਵਾਰਾਂ ਚ ਵੀ ਦਿੱਕਤਾਂ ਪੈਂਦੀਆਂ। ਕਿਉਂਕਿ ਜਿਹੜਾ ਮੇਨ ਮੋਢਾ ਨਾ ਉਹਨੂੰ ਮੰਨੋ, ਉਹਨੂੰ ਕਰੋ। ਅੱਜ ਤੁਸੀਂ ਆਪਦੇ ਬੱਚਿਆਂ ਚ ਇੰਨਾ ਪਾਲਿਆ ਪਲੋਸਿਆ ਸਾਂਭਿਆ ਪਾਲਿਆ ਇੰਨੇ ਜੋਗੇ ਕੀਤਾ, ਤੇ ਜੇ ਕੱਲ ਨੂੰ ਤੁਹਾਨੂੰ ਹੀ ਨਾ ਜਾਣਨ ਤੇ ਫਿਰ ਗੱਲ ਸਹੀ ਨਹੀਂ ਹਨਾ। ਉਹਨੂੰ ਮੰਨੋ ਜਿਹਨੇ ਤੁਹਾਨੂੰ ਇੰਨਾ ਕੀਤਾ, ਜਿਹਨੇ ਤੁਹਾਨੂੰ ਇੰਨਾ ਜੋਗਾ ਬਣਾਇਆ, ਉਹਨੂੰ ਵੀ ਮੰਨੋ। ਸਾਧੂ ਸਿੰਘ ਬਾਬਾ ਉਹਦੀ ਸੇਵਾ ਸਹੀ ਹੈ, 11 ਦਿਨਾਂ ਦੀ ਲੱਸੀ ਪਵਾ ਦਿਓ ਜੇ ਉਹ ਬਜ਼ੁਰਗ ਨੂੰ ਧੂਣੇ ਚ ਬਣਾ ਦਿਓ ਜੇ, ਜਿੰਨੀਆਂ ਗੱਲਾਂ ਇਹਨੇ ਮੈਨੂੰ ਦੱਸੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ। ਠੀਕ ਹੈ ਜੀ, ਹੁਣ ਮੇਰੇ ਤੋਂ ਧੂਤ ਪਾਣ ਦਾ ਵਾਅਦਾ ਨਹੀਂ। ਕਦੇ ਕਦੇ ਨਹੀਂ ਹੁੰਦਾ, ਠੀਕ ਹੈ ਜੀ। ਇੰਨੀਆਂ ਗੱਲਾਂ ਇੰਨੀਆਂ ਬਾਤਾਂ, ਚੰਗੀ ਲੱਗੀ ਗੱਲ ਕੁਛ ਦੱਸਿਆ ਤਾਂ ਨਹੀਂ ਤੁਸੀਂ ਮੈਨੂੰ, ਬੇਬੇ ਨੇ ਮੈਨੂੰ ਦੱਸਿਆ ਸੀਗਾ। ਜਿੰਨੀ ਗੱਲ ਤੇਰੇ ਲਈ ਪੁਖਤ ਹੈ, ਜਿੰਨੀ ਗੱਲ ਤੈਨੂੰ ਚੰਗੀ ਹੈ, ਜਿੰਨੀ ਗੱਲ ਚੱਲ ਤੇਰਾ ਫਾਇਦਾ ਉਹਨੇ ਦੱਸਣੀ ਹੈ ਬਾਬਾ। ਫਿਰ ਕਿਸੇ ਦਾ ਸਵਾਲ ਹੋਵੇ ਭਾਈ, ਬੱਚੇ ਦੀ ਬਾਬਤ ਕਿਸੇ ਨੇ ਸਵਾਲ ਪਾਇਆ ਭਾਈ, ਬੱਚੇ ਦੀ ਬਾਬਤ ਕੋਈ ਪੁੱਛਣਾ ਚਾਹੁੰਦਾ ਹੈ, ਮਾਤਾ ਭੈਣ ਭਰਾ ਕੋਈ ਵੀ ਜੇ ਹੈ ਬੱਚੇ ਬਾਰੇ ਪੁੱਛਣਾ ਚਾਹੁੰਦਾ, ਆ ਕੇ ਬਾਬਾ ਜੀ ਤੋਂ ਹੁਕਮ ਲਓ ਭਾਈ। ਆਪਦੇ ਬੱਚੇ ਬਾਰੇ ਪੁੱਛਣਾ ਹੈ। ਹਾਂਜੀ ਹਾਂਜੀ ਹਾਂ ਹਾਂ, ਗੁੜੀਆ ਬੱਚਾ ਹੀ ਹੈ ਤੁਹਾਡਾ, ਗੁੜੀਆ ਹੈ ਕਿੱਥੇ? ਹਾਂਜੀ ਹਾਂਜੀ
ਚੁੱਭਣਾ ਵਾਲੀ ਉਹ ਕੁੜੀ ਦੇ ਘਰ ਦੀ ਗੱਲਬਾਤ ਲੈ ਲਈ ਵੀ ਕੁੜੀ ਦੇ ਘਰ ਬਾਰੇ ਪੁੱਛਣਾ ਸੀ। ਹਾਂ ਉਹਦੇ ਬਾਰੇ ਪੁੱਛਣਾ ਹੈ ਪੰਜਾਬ ਦੇ ਵਿੱਚ। ਚਲੋ ਚਲੋ ਇੱਕ ਤਾਂ ਮਾਤਾ ਹੁੰਦਾ ਗੱਲ ਵੀ ਆਪਦੇ ਘਰ ਦੀ ਖੁਦ ਦੀ ਗੱਲ ਹੋਵੇ ਤਾਂ ਬੰਦੇ ਨੂੰ ਸੌਖਾ ਰਹਿੰਦਾ। ਹੁਣ ਗੁੜੀਆ ਦੇ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ? ਚਲੋ ਜਿੰਨਾ ਵੀ ਦੱਸਿਆ ਬਾਬੇ ਨੇ ਆਪਾਂ ਖੈਰ ਪੱਲੇ ਪਵਾਵਾਂਗੇ ਬਾਬੇ ਤੋਂ। ਖੜੇ ਰਹੋ ਕਈ ਬਾਬਾ ਅਗਲੀ ਗੱਲ ਕੋਈ ਕੁੜੀ ਦੇ ਪਰਿਵਾਰ ਚ ਤਾਂ ਨਹੀਂ ਰਮਨਦੀਪ ਨਾਮ ਰਮਨ ਜਾਂ ਰਮਨਦੀਪ? ਠੀਕ ਹੈ ਜੀ। ਜਿਹੜੀ ਤੁਹਾਡੀ ਗੁੱਡੀਆ ਮਾਤਾ ਬੱਚੀ ਹੈ ਜਿਹਦੇ ਤੁਸੀਂ ਕਾਣ ਕਾਲੇ ਹੈ ਜਿਹਦੇ ਬਾਰੇ ਪੁੱਛਣਾ ਤੁਸੀਂ, ਇਹਦੇ ਸਰੀਰ ਨੂੰ ਦਿੱਕਤ ਰਹਿੰਦੀ ਹੈ, ਇਹਨੂੰ ਗੁੱਸਾ ਕਰੋ ਤਾਂ ਕਿੰਨਾ ਕਹਾਉਂਦਾ? ਬਹੁਤ ਕਹਾਉਂਦਾ। ਪਤਲੇ ਸਰੀਰ ਦੀ ਹੈ, ਹੁਣ ਭਾਰੀ ਹੋਈ ਪਹਿਲਾਂ ਪਤਲੇ ਸਰੀਰ ਦੀ ਗੱਲਾਂ ਦੋਵੇਂ ਹਨਾ। ਚਲੋ ਚਲੋ ਇੱਕ ਗੱਲ ਦੱਸੀ ਮਾਤਾ, ਬਾਬੇ ਖੇਤਪਾਲ ਨੂੰ ਮੰਨਦੇ ਹੈ ਕਿਸੇ ਦੇ ਕਹਿਣ ਤੇ ਮੰਨਣ ਲੱਗੇ ਆ ਜਾਂ ਪਹਿਲਾਂ ਹੀ ਮੰਨਦੇ ਸੀ? ਕਹਿਣ ਤੇ ਮੰਨਣ ਲੱਗੇ ਹਨਾ। ਇੱਕ ਗੱਲ ਦੱਸੀ ਬੇਬੇ, ਜਿੱਦ ਕਰਦੀ ਹੈ ਤੇ ਜਿਹੜਾ ਇਹਦੇ ਘਰ ਵਾਲਾ ਮੁੰਡਾ ਉਹ ਦਾਰੂ ਪੀ ਲੈਂਦਾ, ਬੜਾ ਸ਼ਰੀਫ ਸਿਆਣਾ ਮੁੰਡਾ, ਬਹੁਤ ਵਧੀਆ ਵਧੀਆ। ਚਲੋ ਇਹੋ ਜਿਹੇ ਜਵਾਈ ਹਰੇਕ ਹਰੇਕ ਦੀ ਧੀ ਸੌਖੀ ਹੋਵੇ ਆਪਾਂ ਤਾਂ ਕਹਿੰਦੇ। ਇੱਕ ਗੱਲ ਦੱਸੀ ਬੇਬੇ, ਇੱਕ ਤੇ ਦੋ ਤੇ ਤਿੰਨ ਇਸ ਗੁੜੀਆ ਨੂੰ ਬੱਚੇ ਦੀ ਕੋਈ ਦਿੱਕਤ ਬਣੀ ਸੀ? ਬੱਚੇ ਦੀ ਦਿੱਕਤ ਹੁਣ ਬੱਚਾ ਹੈ ਇਸ ਟਾਈਮ ਅਜੇ ਵੀ ਦਿੱਕਤ ਹੈ ਹਨਾ। ਮੇਨ ਤਾਂ ਇਹੀ ਹੈ, ਮੇਨ ਤਾਂ ਇਹੀ ਪੁੱਛਣੀ ਵੀ ਬੱਚਾ ਨਹੀਂ ਹਨਾ। ਚਲੋ ਮਾਲਕ ਚਾਹੇ ਅੱਧੀ ਰਾਤ ਦਾ ਸਮਾਂ ਤੇ ਮੈਂ ਤਾਂ ਕੱਲ ਦਾ ਹੀ ਭੁੱਖਾ ਵਾਂ, ਮੈਂ ਤਾਂ ਆਪਦੇ ਭੁੱਖੇ ਪੇਟੇ ਹੀ ਅਰਦਾਸ ਲਾਉਣਾ ਵੀ ਭੈਣ ਦੀ ਝੋਲੀ ਮਾਲਕ ਛੇਤੀ ਭਰੇ। ਇੱਕ ਗੱਲ ਦੱਸਿਓ ਜੇ
ਜਿਹੜਾ ਇਹਦੇ ਪਰਿਵਾਰ ਦੀ ਗੱਲ ਆ ਹੁਣ ਇਹ ਜੇ ਤੁਹਾਨੂੰ ਪਤਾ ਤਾਂ ਹਾਂ ਕਰੋ ਜੇ ਮਾਤਾ ਨੇ ਨਾ ਕਰ ਦੋ ਇਹਦੇ ਪਰਿਵਾਰ ਦੇ ਵਿੱਚ ਇਹਦੇ ਘਰ ਦੇ ਵਿੱਚ ਇਹ ਕਿਸੇ ਜਨਾਨੀ ਨੂੰ ਮੰਨਦੇ ਨਹੀਂ ਮਾਤਾ ਅਲੱਗ ਚੀਜ਼ ਹੈ ਜੀ ਇੱਕ ਜਨਾਨੀ ਅਲੱਗ ਕੋਈ ਜਾਪੇ ਤੇ ਜਨਾਨੀ ਮਰੀ ਹੈ ਕੌਣ ਹੈ ਇਹਦੀ ਨਨਾਣ ਕਈ ਸਾਦਾ ਫਿਰ ਅਗਲੀ ਗੱਲ ਕੀ ਕਹਿੰਦਾ ਸਾਦਾ ਜਿਹੜੀ ਤੁਹਾਡੇ ਬੇਟੀ ਹੈ ਇਹਨੂੰ ਇਹਨੂੰ ਕੋਈ ਦਿੱਕਤ ਹੋਣ ਲੱਗ ਗਈ ਸੀ ਸਰੀਰ ਨੂੰ ਇਹਨੂੰ ਪਰਿਵਾਰ ਦੀਆਂ ਬਹੁਤ ਹੈ ਹੁਣ ਜੇ ਮੈਂ ਕਹਿਣਾ ਫਿਰ ਤੁਹਾਨੂੰ ਨਾਮ ਪਤਾ ਫਿਰ ਮੇਰੀ ਸਾਰੀ ਲਹਿਰ ਬਿੰਦਰ ਕਿਹਦਾ ਨਾਮ ਨਹੀਂ ਧਿਆਨ ਉਹਨਾਂ ਦੇ ਪਰਿਵਾਰ ਦੇ ਜਿਵੇਂ ਗੁੱਡੀ ਨੂੰ ਦਿੱਕਤ ਪਈ ਨਾ ਬੱਚੇ ਨੂੰ ਪਹਿਲਾਂ ਵੀ ਸੀ ਦਿੱਕਤ ਬੱਚੇ ਕਿਹਨੂੰ ਸੀ ਮਾਤਾ ਇੰਨੀਆਂ ਗੱਲਾਂ ਹੁਣ ਕਾਫੀ ਗੱਲਾਂ ਮਾਤਾ ਹੁਣ ਤੈਨੂੰ ਨਹੀਂ ਬਤਾਉਣਾ ਫਿਰ ਉਹ ਮੇਰੇ ਲਹਿ ਜਦੋਂ ਗੱਲ ਨਾ ਪਤਾ ਹੋਵੇ
ਪਤਾ ਹੋਵੇ ਤੇ ਚਲੋ ਨਾ ਹੋ ਜੇ ਉਹਦੇ ਵਰਗੀ ਤਾਂ ਰੀਸ ਨਹੀਂ ਤੇ ਜੇ ਗੱਲ ਹੁਣ ਪਤਾ ਹੀ ਨਹੀਂ ਤੇ ਫਿਰ ਕੋਈ ਜਵਾਬ ਨਹੀਂ ਮਿਲਣਾ ਫਿਰ ਉਹ ਬੰਦੇ ਦਾ ਮਰਨ ਹੋ ਜਾਣਾ ਦੇਖ ਮਰਦਾ ਜੇ ਕਿਸੇ ਦੇ ਘਰੇ ਕਰਾਇਆ ਅਸੀਂ ਬੱਚੇ ਹੋਣੇ ਬੰਦ ਹੋ ਜਾਣਾ ਫਿਰ ਇੱਕ ਦੂਜੇ ਦੇ ਤਾਂ ਫਿਰ ਦੁਸ਼ਮਣ ਜਿਹਨਾਂ ਦੀ ਬਣਦੀ ਨਹੀਂ ਉਹ ਤਾਂ ਹੋਣੀ ਨਾ ਇਹ ਜਿਹੜਾ ਬੱਚੇ ਵਾਲਾ ਹੁੰਦਾ ਨਾ ਮਾਤਾ ਦਿੱਕਤ ਇਹ ਹੋ ਜਾਂਦੀ ਹੈ ਇਹ ਅੱਜ ਦੀ ਨਹੀਂ ਪਿੱਛੇ ਤੋਂ ਚੱਲਦੀ ਆਈ ਹੈ ਪਰ ਜਿੰਨੀ ਕੁ ਸੇਵਾ ਜਿੰਨੀ ਕੁ ਮਾਤਾ ਜਿੰਨੇ ਕੁ ਬਾਬੇ ਜਿੰਨੇ ਕੁ ਪੀਰ ਫਕੀਰ ਧਿਆਉਂਦੇ ਆ ਜੇ ਆਪਾਂ ਸੱਚੇ ਦਿਲੋਂ ਉਹਨਾਂ ਦੀ ਅਰਜ ਬੇਨਤੀ ਲਾਈਏ ਤਾਂ ਇੱਕ ਟਾਈਮ ਰੱਬ ਸੁਣਦਾ ਹੀ ਹੈ ਤੇ ਮੇਰੀ ਤਾਂ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਵੀ ਭਾਈ ਇਸ ਗੁੱਡੀ ਲਈ ਫਰਿਆਦ ਕਰੋ ਵੀ ਬਾਬਾ ਪੁੱਤ ਨਹੀਂ ਤਾਂ ਧੀ ਧੀ ਦੇ ਕੁੱਖ ਤਾਂ ਹਰੀ ਕਰ ਸਮਝਦੇ ਮਾਤਾ ਜੇ ਮਾਤਾ ਇੱਥੋਂ ਫਲ ਦੇ ਦਾ ਚਲੋ ਕਰਨਾ ਤਾਂ ਬਾਬੇ ਨੇ ਤੇ ਉੱਥੇ ਪਹੁੰਚਾ ਦੋਗੇ ਕੁੜੀ ਕੋਲੇ ਪਰ ਸ਼ਰਤ ਇੱਕ ਆ ਮਾਤਾ ਕੱਲ ਸ਼ਾਮ ਤੱਕ ਪਹੁੰਚਣਾ ਚਾਹੀਦਾ ਆਪਦੇ ਘਰੇ ਨਹੀਂ ਰੱਖਣਾ ਵਾਲਾ ਡੈ ਪਹੁੰਚ ਜੂ ਜੀ ਚਲੋ ਮਾਤਾ ਸੰਗਤ ਤੇ ਤੁਸੀਂ ਵੀ ਬੇਨਤੀ ਲਾਇਓ ਅਰਜ ਬੇਨਤੀ ਤੇ ਮੈਂ ਵੀ ਲਾਉਣਾ ਬਾਬੇ ਅੱਗੇ ਆਪਾਂ ਇਸ ਭੈਣ ਨੂੰ ਤਾਂ ਖੁਸ਼ੀਆਂ ਚ ਲੈ ਕੇ ਕਈ ਬਾਬਾ ਵੀ ਵਰਗੀਆਂ
ਲੈ ਮਾਤਾ ਇਹ ਗੁੱਡੀ ਤੱਕ ਕੱਲ ਦੀ ਦਿਹਾੜੀ ਪਹੁੰਚਾ ਦੋ ਤੇ ਕੁੜੀ ਨੂੰ ਤੇ ਇੱਕ ਉਹ ਬੱਚੇ ਨੂੰ ਮੁੰਡੇ ਨੂੰ ਕਹਿ ਦੋ ਵੀ ਖਾ ਲੋ ਭਾਈ ਦੇਖ ਮਾਤਾ ਇਹਨੀ ਬਾਬੇ ਦੀ ਕਚਹਿਰੀ ਚ ਮੈਂ ਫਲ ਦੇ ਦੇ ਦਾ ਮਤਲਬ ਇਹ ਨਹੀਂ ਇਹ ਵਿਸ਼ਵਾਸ ਉਹਨਾਂ ਦੇ ਵਿਸ਼ਵਾਸ ਨੇ ਪਾਰ ਲਾਉਣਾ ਠੀਕ ਹੈ ਉਲਝਣ ਤਾਣੀਆਂ ਕਾਫੀ ਉਹਨਾਂ ਦੇ ਘਰ ਜੇ ਇੱਕ ਟਾਈਮ ਕੱਢ ਸਕਦੇ ਆ ਤਾਂ ਦਿਨ ਐਤਵਾਰ ਦੇ ਉਹ ਟਾਈਮ ਕੱਢ ਲੈਣ ਤੇ ਨਹੀਂ ਸਭਾ ਸੁਣਦੀ ਹੈ ਚਾਹੇ ਮੈਨੂੰ ਧੂਣੇ ਦਾ ਹੋ ਕੇ ਨਾ ਰਹਿਣਾ ਪੈ ਜਾਵੇ ਇਸ ਕੁੜੀ ਦੀ ਜੇ ਝੋਲੀ ਹਰੀ ਹੋਵੇ ਨੀ ਪੰਚਾਇਤ ਸੁਣਦੀ ਹੈ ਤੇਰੀਆਂ ਜੁੱਤੀਆਂ ਤੇ ਮੇਰਾ ਸਿਰ ਪਰ ਇੱਕ ਵਾਰੀ ਰੂਬ ਰੂ ਕਰਾ ਦੀ ਬੇਬੇ ਠੀਕ ਹੈ ਇੰਨੀ ਸਭਾ ਸੁਣਦੀ ਤੇਰੀ ਧੀ ਨਹੀਂ ਮਾਲਕ ਦੀ ਧੀ ਹੈ ਠੀਕ ਹੈ ਮਾਤਾ ਟੇਕ ਕੇ ਮੱਥਾ ਬਹਿ ਜਾਓ ਗਾਉਣ ਵਾਲੇ ਵੀਰ ਨੂੰ 100 ਰੁਪਇਆ ਮੱਥਾ ਟੇਕ ਦੇ ਚੱਲੀ ਬਾਬਾ।